ਆਪਾਂ ਗੱਲ ਕਰਦੇ ਹਾਂ ਕਿ ਉਸ ਦਿਨ ਵੱਖ ਵੱਖ ਥਾਵਾਂ ਦੇ ਉੱਤੇ ਗਾਉਣ ਵਾਲਿਆਂ ਨੇ, ਧਾਰਮਿਕ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਸਮਾਜ ਸੇਵੀਆਂ ਨੇ, ਸਾਰਿਆਂ ਨੇ ਆਪੋ ਆਪਣੇ ਥਾਵਾਂ ਦੇ ਉੱਤੇ, ਕੋਈ ਬਠਿੰਡੇ, ਕੋਈ ਪਟਿਆਲੇ, ਕੋਈ ਨਾਭੇ, ਕੋਈ ਮੋਗੇ, ਕੋਈ ਮਾਨਸਾ, ਕੋਈ ਜਲੰਧਰ, ਕੋਈ ਅੰਮ੍ਰਿਤਸਰ, ਜਾਣੇ ਸਾਰੇ ਪੰਜਾਬ ਦੇ ਵਿੱਚ ਉਸ ਦਿਨ ਜਿਹੜੇ ਜਾਮ ਲਾਏ ਗਏ ਉਹ ਸਾਰੇ ਹੀ ਮੈਂ ਕਹਿੰਦਾ ਹੁੰਦਾ ਕਿ ਸਤਿਕਾਰ ਦੇ ਪਾਤਰ ਨੇ, ਸਾਰਿਆਂ ਦੇ ਧੰਨਵਾਦ ਕਰਨਾ ਬਣਦਾ, ਚਾਹੇ ਕੋਈ ਗਾਉਣ ਵਾਲਾ, ਚਾਹੇ ਕੋਈ ਧਾਰਮਿਕ ਜਥੇਬੰਦੀ ਹੈ, ਚਾਹੇ ਕੋਈ ਕਿਸਾਨ ਦੀ ਜਥੇਬੰਦੀ ਹੈ। ਕਿਉਂਕਿ ਇਹ ਲੜਾਈ ਕਈ ਵਾਰੀ ਅਸੀਂ ਐਂ ਬਣਾ ਲੈਂਦੇ ਹੁੰਦੇ ਹਾਂ ਕਿ ਨਹੀਂ ਯਾਰ ਇਹ ਲੜਾਈ ਇਕੱਲੇ ਕਿਸਾਨਾਂ ਦੀ ਆ ਜਾਂ ਇਕੱਲੇ ਮਜ਼ਦੂਰਾਂ ਦੀ ਆ, ਲੜਾਈ ਭਰਾਵੋ ਹਰ ਵਰਗ ਦੀ ਆ। ਗਾਉਣ ਵਾਲੇ ਵੀ ਉਹਨਾਂ 'ਚ ਹੀ ਆਉਂਦੇ ਨੇ, ਫਿਲਮਾਂ ਵਾਲੇ ਵੀ ਉਹਨਾਂ 'ਚ ਹੀ ਆਉਂਦੇ ਨੇ, ਸਾਰੇ ਹੀ ਉਹਨਾਂ 'ਚ ਆਉਂਦੇ ਨੇ, ਕਿਉਂਕਿ ਕਿਸਾਨੀ ਨਾਲ ਜੁੜੇ ਹੋਏ ਆ। ਸਾਰਾ ਕੰਮ ਕਾਰ ਆ ਜਿਹੜਾ ਉਹ ਕਿਸਾਨੀ 'ਤੇ ਹੀ ਚੱਲਦਾ। ਅਤੇ ਕਈ ਵਾਰੀ ਮੈਂ ਇੱਕ ਹੋਰ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਕਈ ਵਾਰੀ ਹੁੰਦਾ ਯਾਰ ਵੀ ਨਹੀਂ ਜੀ ਉਹ ਤਾਂ ਬੰਦਾ ਠੀਕ ਨਹੀਂ, ਉਹ ਕਿਉਂ ਆ ਗਿਆ, ਉਹ ਤਾਂ ਐਂ ਆ ਜੂ, ਉਹ ਤਾਂ ਐਂ ਆਜੂ। ਦੇਖੋ ਟੀਮ ਹੁੰਦੀ ਹੈ, ਜਿਹੜਾ ਟੀਮ ਵਰਕ ਹੁੰਦਾ ਤਾਂ ਸੰਘਰਸ਼ਾਂ ਦੇ ਵਿੱਚ, ਲੜਾਈਆਂ ਦੇ ਵਿੱਚ, ਜੰਗਾਂ ਯੁੱਧਾਂ ਦੇ ਵਿੱਚ ਟੀਮ ਵਰਕ ਕੰਮ ਕਰਦਾ ਹੁੰਦਾ, ਟੀਮ ਕੰਮ ਕਰਦੀ ਹੁੰਦੀ ਹੈ। ਟੀਮ ਦੇ ਵਿੱਚ ਹਰ ਤਰ੍ਹਾਂ ਦੇ ਖਿਡਾਰੀ ਹੁੰਦੇ ਨੇ, ਕੋਈ ਗੋਲ ਕਰਦਾ ਅਤੇ ਕੋਈ ਡਿਫੈਂਸ ਕਰਦਾ। ਜੇ ਆਪਾਂ ਕਹਾਂਗੇ ਜਿਹੜਾ ਡਿਫੈਂਸ ਵਾਲਾ ਉਹ ਗੋਲ ਕਰ ਦੂਗਾ, ਕਦੇ ਗੋਲ ਨਹੀਂ ਕਰ ਸਕਦਾ। ਮੇਰੀ ਕਈ ਕਿਸਾਨ ਜਥੇਬੰਦੀਆਂ ਨਾਲ, ਪੰਜਾਬ ਦੀਆਂ ਨਾਲ ਵੀ ਗੱਲ ਹੋਈ ਆ, ਮੇਰੀ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਹੋਈ ਆ, ਜਿਹੜੀ ਹੋਰ ਟੀਮ ਵੀ ਲੱਗੀ ਹੋਈ ਹੈ, ਦੀਪ ਸਿੱਧੂ ਵਰਗੇ ਨੇ, ਕਨਵਰ ਗਰੇਵਾਲ ਵਰਗੇ ਨੇ, ਜਸ ਬਾਜਵੇ ਵਰਗੇ ਨੇ, ਜਾਂ ਹੋਰ ਵੀ ਜਿੰਨੇ ਕੋਈ ਮਤਲਬ ਕਿ ਕਿਸਾਨਾਂ 'ਚੋਂ ਵੀ ਹੈਗੇ ਨੇ, ਧਾਰਮਿਕ ਜਥੇਬੰਦੀਆਂ 'ਚੋਂ ਵੀ ਹੈਗੇ, ਸਾਰੇ ਆਪਣੇ ਥਾਂ ਥਾਂ ਲੱਗੇ ਹੋਏ ਨੇ ਕਿ ਗੱਲਾਂ ਕਰਨ, ਕਿਸੇ ਨਾ ਵੀ ਜਿਹੜਾ ਤਾਲਮੇਲ ਹੈ, ਤਾਲਮੇਲ ਬੈਠਣਾ ਬਹੁਤ ਜ਼ਰੂਰੀ ਆ। ਕਿਉਂਕਿ ਜੇ ਅਸੀਂ ਆਪੋ ਆਪਣਾ ਝੰਡਾ ਚੱਕੀ ਫਿਰਾਂਗੇ, ਕੋਈ ਪਟਿਆਲੇ ਬਹਿ ਗਿਆ, ਕੋਈ ਨਾਭੇ ਗਿਆ ਬਹਿ ਗਿਆ, ਕੋਈ ਬਠਿੰਡੇ, ਕੋਈ ਮਾਨਸਾ ਬਹਿ ਗਿਆ, ਕੋਈ ਸ਼ੰਭੂ 'ਤੇ ਬਹਿ ਗਿਆ, ਤਾਂ ਗੱਲ ਬਣਨੀ ਨਹੀਂ ਆ। ਬਹੁਤ ਵੱਡੀ ਸਟੇਟ ਦੇ ਨਾਲ ਜਿਹੜੀ ਇੱਕ ਪਾਵਰਫੁੱਲ ਹੈ, ਇੱਕ ਤਾਕਤਵਰ ਸਟੇਟ ਹੈ, ਜਿਹੜੀ ਕਹਿੰਦੀ ਹੈ ਕਿ ਸਾਡਾ ਫੈਸਲਾ ਲੋਹੇ ਦੇ ਲਕੀਰ, ਅਸੀਂ ਪਿੱਛੇ ਨਹੀਂ ਹਟਣਾ, ਤਾਂ ਉਹਦੇ ਨਾਲ ਮੱਥਾ, ਉਹਨੂੰ ਦਿੱਲੀ ਕਿਹਾ ਜਾਂਦਾ ਹੈ। ਅਤੇ ਦਿੱਲੀ ਨਾਲ ਤੁਹਾਨੂੰ ਪਤਾ ਮੱਥਾ ਲਾਉਣ ਦੇ ਲਈ ਜੇ ਅਸੀਂ ਐਹਲੋਟ ਅੱਡੋ ਫਾਟੀ ਹੁੰਦੇ ਫਿਰਦੇ ਰਹੇ ਤਾਂ ਫਿਰ ਅਸੀਂ ਜਿੱਤ ਨਹੀਂ ਸਕਾਂਗੇ। ਮੇਰੀ ਇੱਕ ਤਾਂ ਮੈਂ ਥਾਂ ਥਾਂ ਤੁਹਾਨੂੰ ਵਾਰ ਵਾਰ ਗੁਜ਼ਾਰਿਸ਼, ਬੇਨਤੀ ਕੀਤੀ ਪਹਿਲਾਂ ਵੀ ਅੱਜ ਵੀ, ਕਿਉਂਕਿ ਕਿਸਾਨਾਂ ਦਾ ਘੋਲ ਹੈ ਅਤੇ ਕਿਸਾਨੀ ਝੰਡੇ ਹੇਠ ਹੀ ਲੜਿਆ ਜਾਣਾ ਚਾਹੀਦਾ, ਮੇਰਾ ਇਹ ਮੱਤ ਆ। ਸਾਨੂੰ ਆਪੋ ਆਪਣੇ ਝੰਡੇ ਨਹੀਂ ਚੱਕਣੇ ਚਾਹੀਦੇ ਕਿ ਮੇਰਾ ਝੰਡਾ ਅੱਡਾ, ਉਹਦਾ ਝੰਡਾ ਅੱਡਾ, ਨਹੀਂ, ਸਾਨੂੰ ਇੱਕੋ ਝੰਡੇ ਹੇਠ, ਜਿੱਡਾ ਵੱਡਾ ਇਕੱਠ, ਜਿੱਡੀ ਵੱਡੀ ਤਾਕਤ ਅਸੀਂ ਇਕੱਠੀ ਕਰ ਗਏ, ਉੱਡਾ ਵੱਡਾ ਪ੍ਰਭਾਵ ਅਸੀਂ ਦਿੱਲੀ 'ਤੇ ਪਾ ਸਕਦੇ। ਅਸੀਂ ਸਾਡਾ ਕਈ ਕਹਿ ਦਿੰਦੇ ਨੇ ਸਾਡਾ ਕਿਸੇ ਗਾਇਕ ਨਾਲ ਮਤਭੇਦ ਆ, ਸਾਡਾ ਕਿਸੇ ਗਾਇਕ ਨਾਲ ਨਿੱਜੀ ਵਖਰੇਵੇਂ, ਮੈਂ ਫੇਰ ਕਹਿੰਦਾ ਸਾਡੇ ਬਹੁਤ ਗਾਇਕਾਂ ਨਾਲ ਹੋ ਸਕਦਾ, ਮੈਂ ਗਾਇਕਾਂ ਦੇ ਇਸ ਗੱਲੋਂ ਬਥੇਰੇ ਖਿਲਾਫ ਹੈਗਾ ਵੀ ਹਾਂ, ਬੋਲਿਆ ਵੀ ਹਾਂ, ਮੈਂ ਰਹੂੰਗਾ ਵੀ, ਪਰ ਇੱਥੇ ਜੇ ਕੋਈ ਗਾਇਕ ਆਉਂਦਾ, ਗਾਉਣ ਵਾਲਾ ਆਉਂਦਾ, ਬੱਬੂ ਮਾਨ ਆਉਂਦਾ, ਸਿੱਧੂ ਮੂਸੇ ਵਾਲਾ ਆਉਂਦਾ, ਕੋਈ ਵੀ ਆਉਂਦਾ ਯਾਰ, ਸਭ ਨੂੰ ਜੀ ਆਇਆ, ਸਾਰੇ ਇਕੱਠੇ ਹੋ ਜਾਓ, ਸਾਡਾ ਕਿਸੇ ਨਾਲ ਕੋਈ ਵਖਰੇਵਾਂ ਨਹੀਂ, ਇਸ ਮਸਲੇ 'ਤੇ ਸਾਡਾ ਕੋਈ ਮਤਭੇਦ ਨਹੀਂ, ਕੋਈ ਵਖਰੇਵਾਂ ਨਹੀਂ, ਸਾਰੇ ਇਕੱਠੇ ਹੋ ਕੇ। ਮੈਂ ਗਾਇਕਾਂ ਨੂੰ ਕਿਉਂ ਕਹਿਣਾ ਚਾਹੁੰਦਾ, ਮੈਂ ਗਾਇਕਾਂ ਨੂੰ ਇਸ ਕਰਕੇ ਕਹਿਣਾ, ਤੁਹਾਨੂੰ ਜਵਾਨੀ ਸੁਣਦੀ ਆ, ਤੁਹਾਨੂੰ 15-15 18-18 20-20 ਸਾਲ ਵਾਲੇ, 25-25 ਵਾਲੇ ਤੁਹਾਨੂੰ ਸੁਣਦੇ ਨੇ, ਤੁਹਾਡੇ ਗੀਤ ਨੂੰ ਸੁਣਦੇ ਨੇ, ਜਦੋਂ ਤੁਸੀਂ ਉਹਨਾਂ ਨੂੰ ਇਹ ਸੁਨੇਹਾ ਦਿਓਗੇ, ਉਹਨਾਂ ਨੂੰ ਦੱਸੋਗੇ ਕਿ ਆਹ ਕਾਨੂੰਨ ਨੇ ਐਂ ਸਾਡੇ 'ਤੇ ਮਾਰੂ ਹੋਣਗੇ, ਲਾਗੂ ਹੋਣਗੇ, ਤਾਂ ਉਹ ਤੁਹਾਡੀ ਗੱਲ ਸੁਣ ਕੇ ਸੰਘਰਸ਼ ਦਾ ਹਿੱਸਾ ਬਣਨਗੇ, ਇੱਕ ਲਾਮਬੰਦੀ ਕਰਨਗੇ। ਤਾਂ ਮੈਂ ਤੁਹਾਨੂੰ ਕਹਿਣਾ, ਨਹੀਂ ਕਲਾਕਾਰਾਂ ਨੂੰ ਆਉਣਾ ਚਾਹੀਦਾ ਬਈ ਮੈਦਾਨ 'ਚ, ਹੁਣ ਸਾਰਿਆਂ ਨੂੰ ਸੱਦਾ ਦੇ ਤਾ, ਊਂ ਤਾਂ ਆਏ ਹੀ ਆ, ਪਰ ਆਉਣ ਦੀ ਜ਼ਰੂਰਤ। ਚਲੋ ਇਕੱਲੇ ਕਲਾਕਾਰਾਂ ਨੂੰ ਨਹੀਂ, ਆਪਾਂ ਇਕੱਲੇ ਕਲਾਕਾਰਾਂ ਦੀ ਨਹੀਂ ਆਪਾਂ ਗੱਲ ਕਰਦੇ, ਸਾਰੇ ਯਾਰ, ਕੋਈ ਸਿੱਖ ਧਰਮ ਜਥੇਬੰਦੀ ਹੈ, ਕੋਈ ਹਿੰਦੂਆਂ ਦੀ ਜਥੇਬੰਦੀ ਹੈ, ਕੋਈ ਮੁਸਲਮਾਨਾਂ ਦੀ ਜਥੇਬੰਦੀ ਹੈ, ਸਾਰਿਆਂ ਨੂੰ। ਮਸਲਾ ਕਿਹੜਾ ਇਕੱਲੇ ਸਿੱਖਾਂ ਨਾਲ ਸੰਬੰਧ ਥੋੜ੍ਹੀ ਹੈਗਾ। ਧੰਨਵਾਦ ਮੈਂ ਉਹਨਾਂ ਹਿੰਦੂ ਭਰਾਵਾਂ ਦਾ ਜਿਹੜੇ ਆੜਤ ਗਏ, ਜਿਹੜੇ ਵਪਾਰੀ ਉਹਦੇ ਦੁਕਾਨਾਂ ਬੰਦ ਕਰਕੇ ਇਕੱਠਾਂ ਦੇ ਵਿੱਚ ਵੀ ਆਇਆ, ਉਹਨਾਂ ਦਾ ਵੀ ਧੰਨਵਾਦ। ਉਹ ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਰ ਸਾਡੇ ਦੀ ਪੈਰ ਪੈ ਹੀ ਗਈ, ਵੱਡੇ ਵੱਡੇ ਮਾਲ ਖੁੱਲ੍ਹ ਗਏ, ਛੋਟੀਆਂ ਦੁਕਾਨਾਂ ਵਾਲੇ ਮਰ ਗਏ, ਛੋਟੀ ਦੁਕਾਨ ਕੋਈ ਕੰਮ ਹੀ ਨਹੀਂ ਰਿਹਾ। ਜਦੋਂ ਮਾਨੀ ਅਡਾਨੀ ਆ ਗਏ ਇੱਥੇ ਆ ਗਏ, ਅਤੇ ਫਿਰ ਆਹ ਜਿਹੜੇ ਆੜਤਕੇ ਨੇ, ਜਿਹੜੇ ਸ਼ੈਲਡਰ ਲਾਈ ਬੈਠੇ ਨੇ, ਇਹਨਾਂ ਦਾ ਵੀ ਕੰਮ ਖਤਮ ਹੈ। ਇਹ ਸਾਨੂੰ ਸਮਝ ਲੱਗ ਰਹੀ ਹੈ ਗੱਲ ਦੀ? ਤਾਂ ਮਸਲਾ ਇਕੱਲਾ ਕਿਸੇ ਵੀ ਇੱਕ ਧਿਰ ਦਾ ਨਹੀਂ। ਮੈਂ ਆਮ ਗੱਲ ਕਹਿਣਾ ਹੁੰਦਾ ਕਿ ਜਦੋਂ ਧਰਤੀ ਖਤਮ ਹੋਊਗੀ, ਇਹ ਪਾਣੀ ਸਾਡੇ ਖੋਹੇ ਜਾਣਗੇ, ਸਾਡੀ ਜਵਾਨ ਨੂੰ ਮਾਰਿਆ ਜਾਊਗਾ, ਤਾਂ ਉਹਦਾ ਅਸਰ ਇਕੱਲੇ ਸਿੱਖਾਂ 'ਤੇ ਨਹੀਂ ਪੈਣਾ, ਸਾਰਿਆਂ 'ਤੇ ਪੈਣਾ। ਸੋ ਯਾਰ
ਇਹੀ ਮੈਂ ਬੇਨਤੀ ਆ ਅਪੀਲ ਆ ਕੋਈ ਗੱਲ ਹੋਰ ਰਹਿ ਗਈ ਤਾਂ ਮੁਸਲਮਾਨ ਭਰਾ ਵੀ ਆ ਗਏ ਬਈ ਹੱਕ ਦਾ ਉਹਨਾਂ ਵੀ ਕਹਿੰਦੇ ਨੇ ਲੰਗਰ ਲਾਇਆ धन्यवाद है। वैसे मैं कहना हुंदा कि धन्यवाद करना नहीं बनता क्योंकि लड़ाई अभी धन्यवाद तां करगे जे जे इत्थे लखे ने कितें सानू आपदे प्रोग्राम ते बुलाया हो भी मेरा लखे दा निजी प्रोग्राम है ते तुसीं आ जाओ। ये लड़ाई तुहाडी सारिआं दी है, साडी सारिआं दी है। सानू यही समझना चाहिदा कि नहीं सानू कोई गायक सद्दा दे रहा ना, यह ना समझ करो अभी गायक दे कहे जाना, असी किसी जथेबंदी दे कहे जाना, असी किसी लखे दे कहे जाना, किसी दूजे तीजे दे कहे जाना, नहीं असी जाना ये समझ के जाना कि नहीं ये धरती ये जमीन साड़ी माँ है, ये पानी ये पंजाब साड़ा प्यो है, असी इहदे लई जाना है, इहदे लई लड़ना है, इहदे लई मरना है। तो मेरा वीर मैं अखीर दे उत्ते यही सानू बेनती अपील करदा कि असी वख-वख जथेबंदियां दे नाल गलबात करके करीब ही जा रहे हैं करके उन्होंने असी पुछ के मैं दोबारा फिर कहना उन्होंने बेनती हथ बन के करदा कि एक मंच से कट्ठे होकर यार आप कोई दिल्ली नू सेक लागे ठीक है। पंजाब दे विच बहुत वधिया आप लामबंदी खड़ी कर ली, लोग भी खड़े हो गए, जुड़ भी गए नाल, लोग आप महारे आ भी रहे ने, हुण दिल्ली नू कोई ना कोई सेक लाउणा पैना ते उह सेक लाउण दे लई सानू कोई ना कोई संघर्ष विढ़ना पैना। उह असी जे असी पंजाब च उह संघर्ष नू कई वारी पता की हुंदा संघर्ष नूं आपां पंजाब च घमाई जावांगे उह लम्मा पै जाणा, लम्मे चों अगे कणक झोने की वाढ़ी होनी है, झोना वढ़न लग जाणा ते उह फिर हौली 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 गल घींगे जे पैंदी 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 गल विसर जांदी है ते लोग फिर निराशता जी च वी आ जांदे ने वी यार इह तां ऐं तुरी फिरदे ने यार समां जा। हाँ मेरा भी संघर्षां दा तजर्बा रहा, मैं उद्दे वी नौजवानां नूं कहिंदा सी, मैनूं नाल दे मुंडे कहिंदे चक दे बई शंभू नूं चलदे आ, मैं कहा जावड़ोंगे ਤੁਹਾਡੇ ਚਾਰ ਵਿਛਾੜਾ ਮਾਰ ਕੇ ਤੁਹਾਨੂੰ ਪਿੱਛੇ ਮੋੜ ਦੇਣਗੇ, ਚਾਰ ਡਾਂਗਾ ਮਾਰ ਕੇ ਮੋੜ ਦੇਣਗੇ, ਅਖਬਾਰਾਂ ਦੀਆਂ ਸੁਰਖੀਆਂ ਬਣ ਜਾਓਗੇ, ਵੱਡੇ ਵੱਡੇ ਚੈਨਲਾਂ ਦੀਆਂ ਹੈਡਲਾਈਨਾਂ ਬਣ ਜਾਓਗੇ, ਪਰ ਪ੍ਰਾਪਤੀ ਨਹੀਂ ਹੋਣੀ। ਪ੍ਰਾਪਤੀ ਹੁੰਦੀ ਆ ਜਿੱਥੇ ਅਸੀਂ ਡੰਡੇਰੇ ਨਾਲ ਜੋਸ਼ ਦੇ ਨਾਲ ਹੋਸ਼ ਅਤੇ ਦਿਮਾਗ ਤੋਂ ਵੀ ਕੰਮ ਲੈ ਕੇ ਰਣਨੀਤੀ ਘੜ ਕੇ ਅਸੀਂ ਜੇ ਚੱਲਾਂਗੇ ਰਣਨੀਤੀਆਂ ਬਣਾ ਕੇ, ਕਿਉਂਕਿ ਰਣਨੀਤੀਆਂ ਬਣਾਉਣ ਦੇ ਲਈ ਮੈਂ ਚਾਹੁੰਦਾ ਕਹਿੰਦਾ ਹੁੰਦਾ ਵੀ ਜਿਹੜੇ ਬੰਦੇ ਸੰਘਰਸ਼ਾਂ 'ਚੋਂ ਨਿਕਲੇ ਨੇ, ਜਿਨ੍ਹਾਂ ਨੇ ਲੰਬੇ ਮੈਂ ਕਿਸਾਨ ਜਿਹੜੇ ਬੰਦਿਆਂ ਦੀ ਵਾਰ ਵਾਰ ਕਿਉਂ ਗੱਲ ਕਰਦਾ, ਉਹਨਾਂ ਨੇ ਸੰਘਰਸ਼ ਦੇਖੇ ਨੇ ਹੰਢਾਏ ਨੇ, ਉਹਨਾਂ ਦੀ ਅਗਵਾਈ ਹੋਵੇ ਨਾਲ ਜਿਹੜਾ ਜੋਸ਼ ਹੈ ਅਤੇ ਉਹ ਨੌਜਵਾਨਾਂ ਦਾ ਹੋਵੇ ਧੱਕਾ, ਫਿਰ ਦੇਖੋ ਗੱਲ ਬਣਦੀ ਕਿ ਕਿਵੇਂ ਦਿੱਲੀ ਨੂੰ ਹੱਥਾਂ ਪੈਰਾਂ ਦੀ ਪੈਂਦੀ ਹੈ। ਤਾਂ ਇਹ ਮੈਂ ਗੱਲ ਤੁਹਾਨੂੰ ਤਾਂ ਕਰਦਾ, ਬਹੁਤ ਛੇਤੀ ਮੇਰਾ ਵੀਰ ਅਸੀਂ ਗੱਲਬਾਤ ਕਰਕੇ ਮੈਂ ਫਿਰ ਕਹਿੰਦਾ ਨਵਾਂ ਪ੍ਰੋਗਰਾਮ ਤੁਹਾਨੂੰ ਆਪਾਂ ਬਿਲਕੁਲ ਅਸੀਂ ਇਸੇ 'ਤੇ ਹੀ ਦੇਵਾਂਗੇ, ਦਿੱਲੀ ਵੱਲ ਨੂੰ ਕੂਚ ਕਰਨ ਦਾ ਹੀ ਦੇਵਾਂਗੇ, ਠੀਕ ਹੈ ਨਾ। ਇਦੂ ਘੱਟ ਸਾਡਾ ਗੁਜ਼ਾਰਾ ਹੋਣਾ ਹੀ ਨਹੀਂ। ਅਤੇ ਮੈਂ ਸੁਖਬੀਰ ਬਾਦਲ ਨੂੰ ਵੀ ਕਹਿਣਾ ਚਾਹੁੰਦਾ, ਮੈਂ ਆਪਣੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਹਿਣਾ ਚਾਹੁੰਦਾ, ਮੇਰੀ ਇਹਨਾਂ ਦੇ MLN ਨਾਲ ਵੀ ਕਈਆਂ ਨਾਲ ਗੱਲ ਹੋਈ ਜਿਵੇਂ ਪ੍ਰਗਟ ਸਿੰਘ ਨੇ ਜਲੰਧਰ ਵਾਲੇ ਜਾਂ ਹੋਰ ਨੇ ਇੱਕ ਦੋ, ਮੈਂ ਉਹਨਾਂ ਨੂੰ ਵੀ ਸੁਝਾਅ ਦਿੱਤਾ, ਮੈਂ ਭਾਈ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਮਾੜਾ ਮੋਟਾ ਹੁਣ ਜਗਾਓ ਕਿ ਹੁਣ ਇਹ ਵੇਲਾ ਰਾਜਨੀਤੀਆਂ ਕਰਨ ਦਾ ਨਹੀਂ ਆ, ਹੁਣ ਤਾਂ ਸਾਰੇ ਅਸੀਂ ਮਰ ਚੁੱਕੇ ਹਾਂ, ਤੁਹਾਡੀਆਂ ਰਾਜਨੀਤੀਆਂ ਤੁਸੀਂ MLA ਵਜ਼ੀਰ ਤਾਂ ਹੀ ਬਣੋਗੇ ਜੇ ਪੰਜਾਬ ਰਹੂਗਾ, ਤੁਹਾਡੇ ਤੁਸੀਂ ਕਿਹਦੇ ਸਿਰ 'ਤੇ ਫਿਰ ਕੱਲ੍ਹ ਨੂੰ ਰਾਜਨੀਤੀਆਂ ਕਰਨੀਆਂ ਚੌਧਰਾਂ ਕਰਨੀਆਂ ਨੇ ਜੇ ਲੋਕ ਹੀ ਮਰ ਗਏ ਤਾਂ। ਹੁਣ ਉਹ ਵੇਲਾ ਨੇ ਰਿਹਾ ਨਹੀਂ, ਇਹ ਛੋਟੀਆਂ ਗੱਲਾਂ ਨੇ MLA ਵੀਰ ਦੀਆਂ ਛੋਟੀਆਂ ਗੱਲਾਂ ਨੇ ਭਰਾਵੋ। ਤਾਂ ਉਹਨਾਂ ਨੂੰ ਮੈਂ ਚਾਹੇ ਸੁਖਬੀਰ ਆ, ਚਾਹੇ ਕੋਈ, ਚਾਹੇ ਭਗਵੰਤ ਮਾਨ ਹੈ, ਚਾਹੇ ਕੋਈ ਹੋਰ ਨੇ ਅਤੇ ਚਾਹੇ ਕੈਪਟਨ ਆ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਹੁਣ ਤੁਸੀਂ ਲੋਕਾਂ ਨਾਲ ਖੜ ਜਾਓ ਆ ਕੇ। ਅਤੇ ਇੱਕ ਬਾਈ ਗੱਲ ਤੁਹਾਨੂੰ ਮੈਂ ਹੋਰ ਦੱਸਦਾ, ਘਰੇ ਬੈਠੇ ਹਜੇ ਵੀ ਲੋਕ ਮੰਨ ਲਓ ਸਮਝੇ ਨਹੀਂ, ਨਹੀਂ ਬਾਈ ਕੋਈ ਗੱਲ ਨਹੀਂ ਸੁਣੀ ਜਾਂਦੀ ਹੈ। ਇੱਕ ਬੰਦੇ ਦਾ ਮੈਨੂੰ ਫੋਨ ਆਇਆ ਕਹਿੰਦਾ ਲੱਖਾ ਸੁਣਾਉਣਾ ਬਾਈ ਇਕੱਲਾ ਹਰਿਆਣੇ ਨੂੰ ਟੱਪ ਗਿਆ, ਹਜੇ ਵੀ ਮੰਨ ਲਓ ਵੀ ਘਰੇ ਬੈਠੇ ਫੋਨ ਕਰੀ ਜਾਂਦੇ, ਮੰਨ ਲਓ ਤੁਰ ਕਿਉਂ ਮੈਂ ਰਾਜੀ ਨਹੀਂ, ਕਹਿੰਦਾ ਬਾਈ ਕਹਿੰਦਾ ਮੈਂ ਤਾਂ ਸੁਣਿਆ ਵੀ ਸੁਣਾਉਣਾ ਪਾਰ ਟੱਪ ਗਿਆ, ਬਾਰਡਰ ਟੱਪ ਗਿਆ। ਦੇਖੋ ਟੱਪ ਜਾਵਾਂਗੇ ਬਾਰਡਰ ਬੂਡਰੇ ਕਿਹੜੇ ਨੇ, ਵੱਡੇ ਵੱਡੇ ਟੱਪ ਜਾਵਾਂਗੇ ਬਾਰਡਰਾਂ ਬੂਡਰਾਂ ਦੀ ਨਹੀਂ ਗੱਲ ਹੈਗੀ, ਗੱਲ ਹੁੰਦੀ ਆ ਬਾਰਡਰ ਟੱਪਣ ਦੇ ਉੱਤੇ ਸਾਨੂੰ ਮਿਲਿਆ ਕੀ ਆ, ਬਸ ਇੰਨੀ ਗੱਲ ਆ। ਸੰਘਰਸ਼ ਕੌਮ ਨੇ ਬੜੇ ਕੀਤੇ ਨੇ, ਪਰ ਉਹਨਾਂ ਦੇ ਵਿੱਚੋਂ ਪ੍ਰਾਪਤੀ ਜਦੋਂ ਅਸੀਂ ਦੇਖਦੇ ਹੁੰਦੇ ਹਾਂ ਨਾ, ਤਾਂ ਜਿਹੜੀ ਪ੍ਰਾਪਤੀ ਜਦੋਂ ਉਹ ਸੰਘਰਸ਼ ਕਾਮਯਾਬ ਮੰਨੇ ਜਾਂਦੇ ਜੋ ਪ੍ਰਾਪਤੀ ਹੋ ਗਈ, ਉਹ ਸੰਘਰਸ਼ ਨਹੀਂ ਕਾਮਯਾਬ ਮੰਨੇ ਜਾਂਦੇ ਜਿਹੜੇ ਜੇਲ੍ਹਾਂ ਵੀ ਵਗ ਗਏ, ਜਿਹੜੇ ਕੁਛ ਨੁਕਸਾਨ ਵੀ ਕਰਾ ਲਿਆ। ਤਾਂ ਸੰਘਰਸ਼ਾਂ 'ਚ ਮੈਂ ਇਹੋ ਗੱਲ ਪੜ੍ਹੀ ਅਤੇ ਲਿਖੀ ਅਤੇ ਮਤਲਬ ਕਿ ਪੜ੍ਹੀ ਅਤੇ ਸਿੱਖੀ ਹੈ ਹੁਣ ਤੱਕ, ਜਿੰਨਾ ਕੁ ਮੇਰਾ ਤਜਰਬਾ ਰਿਹਾ ਕਿ ਸੰਘਰਸ਼ ਦੇ ਵਿੱਚੋਂ ਪ੍ਰਾਪਤੀ ਹੋਣੀ ਬਹੁਤ ਜ਼ਰੂਰੀ ਹੁੰਦੀ ਆ। ਤਾਂ ਮੈਂ ਉੱਥੇ ਵੀ ਗੱਲ ਸਾਂਝੀ ਕਰਦਾ, ਮੈਂ ਅੱਜ ਫਿਰ ਕਰਦਾ, ਅਸੀਂ ਪੰਜਾਬੀ ਮਾਂ ਬੋਲੀ ਵਾਲੇ ਮਸਲੇ ਨੂੰ ਲੈ ਕੇ ਸਾਰੇ ਸੀਗੇ ਅਸੀਂ, ਅਤੇ ਉੱਧਰ ਚੰਡੀਗੜ੍ਹ ਨੂੰ ਤੁਰ ਪਏ ਇਕੱਠੇ ਹੋ ਕੇ, ਸਾਨੂੰ ਚੰਡੀਗੜ੍ਹ ਵਾਲੇ ਹੱਦ 'ਤੇ ਘੇਰ ਲਿਆ ਮੁਹਾਲੀ ਵਾਲੇ, ਅਤੇ ਸਾਡੇ ਵਿਛਾੜਾ ਵਿਛੂੜਾ ਮਾਰ, ਸਾਡੇ ਸਿਰ ਪਾੜ 'ਤੇ ਡਾਂਗਾ ਡੂੰਗਾ ਮਾਰ, ਤਿੰਨ ਚਾਰ ਦੇ ਸਿਰ ਪਾੜ 'ਤੇ ਸਾਡੇ, ਸਾਨੂੰ ਅੱਧਾ ਘੰਟਾ ਖੋਜੀ ਗਏ ਹੋਵਾਂਗੇ।
ਘੰਟਾ ਖੋਜੀ ਗਏ ਅਸੀਂ ਲਾਲ ਨੂੰ ਵੀ ਤੋੜਤੀ ਸੀ ਉਹਨਾਂ ਦੀ ਆਪਣੇ ਉਹ ਜਿਹੜੇ ਬੈਰੀਕੇਡ ਚ ਪਾਈ ਵੀ ਸੀ ਲਫਾਫਿਆਂ ਵਾਂਗ ਰੂੜੀ ਹਾਂ ਤੇ ਤੁਸੀਂ ਇਹ ਦੇਖੋ ਅਸੀਂ ਘੰਟਾ ਖੋਜ ਕੇ ਉੱਥੇ ਹੰਬ ਹੁੰਬ ਕੇ ਸਾਨੂੰ ਪੁਲਿਸ ਵਾਲੇ ਕਹਿੰਦੇ ਉੱਥੇ ਪ੍ਰਸ਼ਾਸਨ ਕਹਿੰਦਾ ਵੀ 10 ਕੁ ਜਾਣੇ ਆ ਜਾਓ ਗਵਰਨਰ ਨੂੰ ਮਿਲਾ ਦਿੰਦੇ ਹਾਂ ਸਾਨੂੰ 10 ਕੁ ਨੂੰ ਲੈ ਗਏ ਗਾਹਾਂ ਉੱਥੇ ਗਵਰਨਰ ਮਿਲਿਆ ਵੀ ਨਹੀਂ ADC ਮਿਲ ਕੇ ਸਾਨੂੰ ਵਾਪਸ ਮੋੜਤਾ ਮੈਂ ਆ ਕੇ ਸੋਚਿਆ ਮੈਂ ਘੰਟਾ ਇੱਥੇ ਖੋਜੀ ਗਏ ਹਾਂ ਸਿਰ ਵੀ ਪੜਵਾ ਲਏ ਇੱਕ ਦੋ ਦੇ ਉਹ ਪਾਣੀ ਜਿਹੇ ਨੇ ਐਡੀ ਬੁਰੀ ਤਰ੍ਹਾਂ ਭੰਨੇ ਕਈ ਦਿਨ ਪਾਸੇ ਦੁਖੀ ਗਏ ਆ ਤਾਂ ਮੈਂ ਕਿਹਾ ਫਿਰ ਇਹਦੀ ਪ੍ਰਾਪਤੀ ਕੀ ਹੋਈ ਪ੍ਰਾਪਤੀ ਹੋਊ ਜਦੋਂ ਲੋਕ ਲਹਿਰਾਂ ਬਣ ਗਈਆਂ ਲੋਕ ਹਜੂਮ ਇਕੱਠਾ ਹੋ ਗਿਆ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇਹ ਸਮਝ ਲਾ ਕੇ ਨਹੀਂ ਇਹ ਮੈਂ ਹਾਂ ਮੈਂ ਇਹ ਨਾ ਸੋਚਿਆ ਕਰੋ ਫਲਾਨਾ ਬੰਦਾ ਕਹੂਗਾ ਧਿਮਕਾ ਕਹੂਗਾ ਅਸੀਂ ਫੇਰ ਤੁਰਨਾ ਫੇਰ ਆਉਣਾ ਇਹ ਸੋਚਿਆ ਕਰੋ ਕਿ ਅਸੀਂ ਹਾਂ ਯਾਰ ਮੈਂ ਲੀਡਰ ਹਾਂ ਕਹਿ ਇਹ ਪੰਜਾਬ ਦਾ ਲੀਡਰ ਹਰ ਇੱਕ ਬੰਦਾ ਮੰਨੇ ਕਿ ਮੈਂ ਹੀ ਹਾਂ ਇਹ ਲੋਕਾਂ ਦੀ ਲੜਾਈ ਹੈ ਇੱਕ ਲੀਡਰ ਲੂਡਰਾਂ ਦੀ ਲੜਾਈ ਨਹੀਂ ਰਹਿ ਗਈ ਹੁਣ ਇਹ ਇੱਕ ਲੋਕ ਸੰਘਰਸ਼ ਬਣ ਗਿਆ ਲੋਕ ਲਹਿਰ ਬਣ ਗਈ ਆ ਪਾਸੀ ਦਾ ਸਿਰਫ ਇੱਕ ਹੋਕਾ ਦੇਣ ਵਾਲੇ ਹੈ ਕੂਕਰ ਹੈ ਇੱਕ ਹੋਕਾ ਦੇਣਾ ਵੀ ਭਾਈ ਆ ਜਾਓ ਆ ਆ ਇੱਥੇ ਆ ਆ ਕੁਛ ਹੋ ਰਿਹਾ ਤੇ ਆ ਕਰ ਲਓ ਆ ਕੇ ਕੋਈ ਹੋਰ ਗੱਲਬਾਤ ਕੋਈ ਦੱਸ ਦਿਓ ਹੁਣ ਹੋਰ ਤਾਂ ਬਈ ਤੈਨੂੰ ਪਤਾ ਹੀ ਹੈ ਹੁਣ ਅਗਲੇ ਨਹਿਰਾਂ ਨੂੰ ਵੀ ਪੈਣਗੇ ਬੋਲੀ ਵੀ ਜਾਊ ਸਾਰਾ ਕੁਝ ਤਾਂ ਬੋਲੀ ਦਾ ਰਾਜਸਥਾਨ ਚੋਂ ਜੰਮੂ ਹਰਿਆਣਾ ਚੱਕਤੀ ਉਹਨਾਂ ਨੇ ਖਤਮ ਤੇ ਦਿੱਲੀ SYL ਦੀ ਤਿਆਰੀ ਹੈ ਫਿਰ ਸਰਸਵਤੀ ਨੂੰ ਕਹਿੰਦੇ ਅਸੀਂ ਲੈ ਕੇ ਜਾਣਾ ਇੱਥੋਂ ਕੱਢ ਕੇ ਦਰਿਆ ਜੋੜਨੇ ਆ ਪਾਣੀ ਸਾਡਾ ਲੈ ਜਾਣਾ ਸਾਨੂੰ ਸਮਝੋ ਗੱਲ ਇੱਕੋ ਗੱਲ ਦਿਮਾਗ 'ਚ ਬਿਠਾ ਲਓ ਉਹ ਸਾਡੀ ਸਾਡੀ ਹੋਂਦ ਹਸਤੀ ਨੂੰ ਖਤਮ ਕਰਨਾ ਚਾਹੁੰਦੇ ਨੇ ਸਾਡੀ ਵਿਰਾਸਤ ਨੂੰ ਮਾਰਨਾ ਚਾਹੁੰਦੇ ਨੇ ਸਾਡੇ ਧਾਰਮਿਕ ਫਲਸਫੇ ਨੂੰ ਮਾਰਨਾ ਚਾਹੁੰਦੇ ਨੇ ਇਹ ਗੱਲ ਦਿਮਾਗ 'ਚ ਪਾ ਇਹ ਦੇਖੋ ਇੱਕ ਹੋਰ ਸੁਣ ਲਓ ਲੈ ਇਹ ਲੜਾਈ ਇਹ ਗੱਲ ਤੈਅ ਕਰੂਗੀ ਕਿ ਇਹ ਲੋਕ ਕਿੰਨੇ ਕੁ ਲੜਾਕੂ ਨੇ ਕਿੰਨਾ ਕੁ ਸੰਘਰਸ਼ ਕਰਨ ਵਾਲੇ ਨੇ ਕਿੰਨੀ ਕੁ ਲਾਮਬੰਦੀ ਵਾਲੇ ਨੇ ਕਿੰਨਾ ਕੁ ਤਿੱਖਾ ਸੰਘਰਸ਼ ਕਰ ਸਕਦੇ ਕਿੰਨਾ ਕੁ ਸਰਕਾਰ ਨੂੰ ਪਿੱਛੇ ਹਟਾ ਸਕਦੇ ਆ ਜੇ ਇਹ ਅੱਜ ਆਪਾਂ ਪਿੱਛੇ ਹਟ ਗਏ ਨਾ ਇਹ ਸੰਘਰਸ਼ ਦੇ ਵਿੱਚ ਆਪਾਂ ਨੂੰ ਨਾ ਕੁਛ ਹਾਸਲ ਹੋਇਆ ਯਾਦ ਰੱਖਿਓ ਤਾਂ SYL ਇਹਨਾਂ ਨੇ ਉੱਥੇ 10 ਬੰਦੇ ਮੈਂ ਬਾਹਲੇ ਨਹੀਂ ਮੈਂ ਕਹਿੰਦਾ 100 ਕੁ ਬੰਦਾ ਉੱਥੇ ਫੌਜ ਦਾ ਲਾ ਕੇ ਕੱਢ ਦੇਣਗੇ ਵੀ ਲੈ ਜਾਓ ਕੱਲ੍ਹ ਹਰਿਆਣੇ ਵਾਲੇ ਉੱਥੇ ਆਏ ਸੀ ਸ਼ੰਭੂ ਦਾ ਚੋਰ ਵੀ ਸੁਣ ਲਓ ਹੁਣ ਉਹ ਹਰਿਆਣੇ ਵਾਲੇ ਕਹਿ ਦੇਣਗੇ ਬਾਈ ਕਿ ਤੁਸੀਂ ਇੱਕ ਪਾਸੇ ਕਹਿੰਦੇ ਹਰਿਆਣਾ ਦੇ ਪੰਜਾਬ ਇਕੱਠਾ ਹੋ ਜਾਓ ਦੂਜੇ ਪਾਸੇ ਤੁਸੀਂ ਕਹਿੰਦੇ ਕਿ SYL ਦਾ ਮਸਲਾ ਤਾਂ ਅਸੀਂ ਉੱਥੇ ਵੀ ਇਹ ਗੱਲ ਰੱਖਣੀ ਚਾਹੁੰਦੇ ਹਾਂ ਕਿ ਜਮਨਾ ਦਾ ਪਾਣੀ ਜਮਨਾ ਨਦੀ ਦਾ ਪਾਣੀ ਇਕੱਲਾ ਹਰਿਆਣੇ ਨੂੰ ਮਿਲਦਾ ਤਾਂ ਮੈਂ ਅੱਜ ਵੀ ਗੱਲ ਰੱਖਣੀ ਚਾਹੁੰਦਾ ਕਿ ਪੰਜਾਬ 'ਚ ਪੰਜਾਬ ਨੂੰ ਵੀ ਸਾਡੇ ਨੂੰ ਜਮਨਾ ਦੇ ਵਿੱਚੋਂ ਹਿੱਸਾ ਦੇ ਦਿੱਤਾ ਜਾਵੇ ਅਤੇ ਅਸੀਂ ਇੱਧਰੋਂ ਵੀ ਦੇਣ ਨੂੰ ਤਿਆਰ ਇਹ ਤਾਂ ਗੱਲ ਸਾਫ਼ ਆ ਅਸੀਂ ਮੰਨਦੇ ਹਾਂ ਪੰਜਾਬ ਦਾ ਛੋਟਾ ਭਰਾ ਹਰਿਆਣਾ ਪੰਜਾਬ ਦੇ ਵਿੱਚੋਂ ਨਿਕਲਿਆ ਹੋਇਆ ਸੂਬਾ ਪਰ ਉਹ ਸਾਡਾ ਰਾਜਸਥਾਨ ਸਾਡਾ ਕੋਈ ਲਾਗਾ ਦੇ ਗਿਆ ਨਹੀਂ ਨਾ ਸਾਡਾ ਭਰਾ ਨਾ ਕੋਈ ਚਾਚੇ ਤਾਏ ਦਾ ਪੁੱਤ ਨਾ ਹੋਰ ਉਹ ਸਾਡਾ ਮਨਾ ਮੂੰਹੀ ਪਾਣੀ ਕਿੰਨੇ ਸਾਲਾਂ ਤੋਂ ਲੈ ਕੇ ਸਾਲਾਂ ਬੱਧੀ ਕਿੰਨਾ ਉਹੀ ਮੁਫ਼ਤ ਜੀ ਲੈ ਗਿਆ ਅਸੀਂ ਤਾਂ ਉਹੀ ਇਕੱਲਾ ਮੋੜ ਲਗੇ ਉਹੀ ਰੋਕ ਲਗੇ ਤਾਂ ਹੀ ਸਾਡੇ ਬਾਰੇ ਨਾਰੇ ਹੋ ਜਾਣੇ ਕੋਈ ਰੁਪਇਆ ਸਾਨੂੰ ਉਹਦਾ ਦੇ ਵੀ ਨਹੀਂ ਰਿਹਾ ਕਿੰਨੀ ਰਾਇਲਟੀ ਕਿੰਨਾ ਪੈਸਾ ਸਾਡਾ ਰਾਜਸਥਾਨ ਨਹੀਂ ਪਿਆ ਅਤੇ ਅਸੀਂ ਰਾਜਸਥਾਨ 'ਚ ਜ਼ਮੀਨ ਵੀ ਨਹੀਂ ਖਰੀਦ ਸਕਦੇ ਮਰਲਾ ਜ਼ਮੀਨ ਨਹੀਂ ਖਰੀਦ ਸਕਦੇ ਹਿਮਾਚਲ ਵਾਜੋ ਮਹਾਰਾਸ਼ਟਰ ਵਾਜੋ ਪੰਜਾਬ ਦੇ ਵਿੱਚ ਜਿਹੜਾ ਬੰਦਾ ਜਿੱਥੋਂ ਮਰਜ਼ੀ ਚੱਲਿਆ ਆਵੇ ਅਤੇ ਜੋ ਮਰਜ਼ੀ ਉੱਥੇ ਖਰੀਦੀ ਜਾਵੇ ਰਹਿੰਦੀ ਖੁੰਦੀ ਸਰਕਾਰ ਸਰਕਾਰੀ ਜ਼ਮੀਨਾਂ ਨੂੰ ਰੋਕ ਰੋਕ ਕੇ ਲੋਕਾਂ ਦੀਆਂ ਜ਼ਮੀਨਾਂ ਕਾਰ ਕਰ ਕਰਕੇ ਕੰਪਨੀਆਂ ਨੂੰ ਦਵਾਈ ਜਾਂਦੀ ਹੈ ਵੀ ਆਹ ਦੱਬ ਲਵਾ ਕੇ ਇੰਨਾ ਇੱਥੇ 2000 ਕਿੱਲਾ 3000 ਕਿੱਲਾ ਦੱਬ ਲਓ ਆਹ 3000 ਏਕੜ ਦੇ ਵਿੱਚ ਲੁਧਿਆਣੇ ਕੋਲ ਬਣ ਰਿਹਾ ਇਹਨਾਂ ਦਾ ਅਬਾਨੀਆਂ ਦਾ ਬਹੁਤ ਵੱਡਾ ਪਤਾ ਨਹੀਂ ਕੀ ਜਗਾੜ ਬਣਾ ਰਹੇ ਨੇ ਉੱਥੇ 3000 ਕਿੱਲਾ ਰੋਕਿਆ ਉੱਥੇ ਲੁਧਿਆਣੇ ਕੋਲ ਹੋਰ ਪੰਜਾਬ ਦੇ ਵਿੱਚ ਥਾਂ ਥਾਂ ਇਹਨਾਂ ਨੇ ਪਤਾ ਨਹੀਂ ਕਿੰਨੀਆਂ ਜ਼ਮੀਨਾਂ ਅਕਵਾਇਰ ਕਰਕੇ ਇਹਨਾਂ ਨੇ ਰੋਕ ਲੈਣਾ ਕੰਮ ਐਂ ਰੱਖੀ ਖੜ ਜਾ ਹਾਂ ਸੁੱਖ ਮੈਂ ਮਾੜਾ ਜਿਹਾ ਗੱਲਬਾਤ ਕਰੀ ਜਾਂਦਾ ਰੋਕ ਕੇ ਕਰਦਾ ਹੋਰ ਕੋਈ ਬਾਕੀ ਭਾਈ ਬੈਠੀ ਇੱਥੇ ਆਪਾਂ ਜ਼ਮੀਨ ਕਰਕੇ ਹਾਂ ਜੇ ਜ਼ਮੀਨ ਨਾ ਰਹੀ ਫਿਰ ਤਾਂ ਆਪਾਂ ਗੱਡੀਆਂ ਵਾਲੇ ਵਾਂਗੂ ਕੀ ਪਤਾ ਕਿੱਧਰ ਜਾਵਾਂ ਬਿਹਾਰ ਦੇ ਲੋਕ ਵੀ ਹਿਮਾਚਲ ਤੁਰੇ ਫਿਰਦੇ ਕੋਈ ਸ਼ਿਮਲੇ ਵਾ ਗਿਆ ਜੋਬਾਂ ਕਰਦੇ ਕੈਨੇਡਾ ਵਾ ਕੇ ਹਾਂ ਜ਼ਮੀਨ ਕਰਕੇ ਹੀ ਬੈਠੇ ਆਪਾਂ ਭਾਈ ਜਦੋਂ ਯਾਰ ਮੈਂ ਨਾ ਕੱਲ੍ਹ ਅਸੀਂ ਕੱਲ੍ਹ ਸੁਣ ਲਓ ਪਹਿਲਾਂ ਅਸੀਂ ਲੁਧਿਆਣੇ ਕਿਸੇ ਦਿਨ ਕੋਲੇ ਬੈਠੇ ਸੀ ਤਾਂ ਬਾਹਰੋਂ ਨਾ ਮੈਨੂੰ ਇੱਕ ਮੁੰਡਾ ਕਹਿੰਦਾ ਬਾਈ ਬਾਹਰੋਂ ਗੱਲ ਕਰਨੀ ਚਾਹੁੰਦਾ ਮੈਂ ਕਰਾ ਦੇ ਤਾਂ ਮੈਂ ਉਹਨੂੰ ਬਾਈ ਨੂੰ ਅਪੀਲ ਕੀਤੀ ਮੈਂ ਯਾਰ ਬਾਈ ਤੂੰ ਕੈਨੇਡਾ ਛੱਡ ਕੇ ਪੰਜਾਬ ਆ ਜਾ ਕਹਿੰਦਾ ਬਾਈ 3 ਵਾਰੀ ਮਨ ਬਣਾਇਆ ਮੈਂ ਵੀ ਮੈਂ ਕੈਨੇਡਾ ਛੱਡ ਕੇ ਪੰਜਾਬ ਆਵਾਂ ਕਹਿੰਦਾ ਮੈਂ ਇੱਧਰੋਂ ਸੋਚਿਆ ਸੀ ਵੀ ਸਾਰਾ ਕੁਝ ਜਿਹੜਾ ਉੱਧਰ ਕਾਰੋਬਾਰ ਹੈ ਵੇਚ ਵੱਟ ਕੇ ਪੰਜਾਬ ਚੱਲਾਂਗੇ ਕਹਿੰਦਾ ਪਰ ਪੰਜਾਬ ਆਉਣ ਨੂੰ ਕਹਿੰਦਾ ਜਦੋਂ ਮਾਹੌਲ ਜਿਹਾ ਦੇਖਦੇ ਹਾਂ ਕਹਿੰਦਾ ਫੇਰ ਮਨ ਡਰ ਲੱਗਦਾ ਸੋ ਮਾਹੌਲ ਵੀ ਅਸੀਂ ਠੀਕ ਕਰਨਾ ਮਾਹੌਲ ਮਾਹੌਲ ਵੀ ਠੀਕ ਹੋ ਜਾਂਦੇ ਹੁੰਦੇ ਨੇ ਐਡੀ ਨਹੀਂ ਗੱਲ ਹੁੰਦੀ ਬਿਲਕੁਲ ਲੋਕਾਂ ਦੀ ਗੱਲ ਵੀ ਵਾਜਬਾ ਯਾਰ ਜਾਇਜ਼ ਆ ਰੁਜ਼ਗਾਰ ਨਹੀਂ ਮਿਲਦਾ ਜਦੋਂ ਤਾਂ ਹੀ ਬੰਦਾ ਬਾਹਰ ਨੂੰ ਭੱਜਦਾ ਤਾਂ ਹੀ ਬੰਦਾ ਕੋਈ ਆਸੇ ਪਾਸੇ ਨੂੰ ਜਾਂਦਾ ਤਾਂ ਜਦੋਂ ਇੱਥੇ ਸਾਡਾ ਪੰਜਾਬ ਨੂੰ ਅਸੀਂ ਉਹੋ ਜਿਹਾ ਬਣਾ ਲਿਆ ਅਤੇ ਬਣਾਉਣਾ ਕਿਹਨੇ ਹੈ
ਅਸੀਂ ਦੇਖੀ ਜਾਂਦੇ ਹਾਂ ਉਹ ਆਊਗਾ ਆਹ ਆਊਗਾ ਉਹ ਬਣਾ ਕੇ ਦੂ ਸਾਨੂੰ ਇਹ ਭੁਲੇਖਾ ਜਿੰਨੀਆਂ ਮਰਜ਼ੀ ਸਰਕਾਰਾਂ ਬਦਲ ਲਓ ਇਹ ਗਲਤ ਫਹਿਮੀ ਜਿਹਨਾਂ ਤੁਰੇ ਫਿਰਦੇ ਰਹੋ ਇਹਦਾ ਅਸੀਂ ਤੁਸੀਂ ਆਪੋ ਆਪਣਾ ਸਮਝਣ ਲੱਗ ਗਏ ਕਿ ਨਹੀਂ ਇਹ ਮੇਰਾ ਪੰਜਾਬ ਇਹਨੂੰ ਮੈਂ ਸਮਾਰਨਾ ਇਹਨੂੰ ਮੈਂ ਸੁਧਾਰਨਾ ਅਤੇ ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਫਿਰ ਕਹਿਣਾ ਕਿ ਸਿਆਸੀ ਲਾਹੇ ਨਾ ਖੱਟੋ ਇਸ ਅੰਦੋਲਨ ਦੇ ਵਿੱਚੋਂ ਜੇ ਵਾਕਈ ਕੋਈ ਦਿਲੋਂ ਤੁਹਾਡਾ ਹੈਗਾ ਤਾਂ ਆ ਜਾਓ ਫਿਰ ਕਿਸਾਨ ਜਥੇਬੰਦੀਆਂ ਦੇ ਨਾਲ ਆ ਕੇ ਬਹਿ ਜਾਓ ਕਿ ਤੁਸੀਂ ਅੱਗੇ ਅਤੇ ਅਸੀਂ ਤੁਹਾਡੇ ਪਿੱਛੇ ਚਲੋ ਦਿੱਲੀ ਨੂੰ ਪਾਓ ਚਾਲੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।